ਸੁਪਰੀਮ ਕੋਰਟ ਤੋਂ ਬਾਅਦ ਫੈਸਲੇ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਆਈਆਂ ਲੋ ਜੋ ਇਹਨਾਂ ਨੇ ਧਰਮ ਦਾ ਜੋ ਇਹਨਾਂ ਨੇ ਸਿੱਖੀ ਦਾ ਸੱਚਿਆ ਨਾਸ ਕੀਤਾ ਐਸੇ ਬਦਲੇ ਲਵਾਂਗੇ ਇਹਨਾਂ ਤੋਂ ਇੱਕ ਵੀ ਬੰਦਾ ਇਹਨਾਂ ਦਾ ਅਸੀਂ ਸ਼੍ਰੋਮਣੀ ਕਮੇਟੀ ਦੇ ਚੋਣਾਂ 'ਚ ਵੀ ਨਹੀਂ ਆਉਣਾ ਚਾਹੁੰਦਾ ਇੱਕ ਨਹੀਂ ਆਉਣਾ ਚਾਹੀਦਾ ਇਹ ਮੈਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਇੱਕ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ ਆ ਮੈਂ ਇੱਕ ਸਿੱਖ ਹੋਣ ਦੇ ਨਾਤੇ ਔਰ ਇੱਕ ਤੁਹਾਡੇ ਵਿੱਚੋਂ ਕੌਮ 'ਚ ਹੋਣ ਦੇ ਨਾਤੇ ਅੱਜ ਇਹ ਤੁਹਾਨੂੰ ਬੇਨਤੀ ਕਰਦਾ ਕਿ ਇਹ ਗੱਲ ਯਾਦ ਰੱਖਿਓ ਅਗਲੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕੌਮ ਨੂੰ ਬਚਾਉਣ ਵਾਸਤੇ ਸਿੱਖੀ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਇੱਥੋਂ ਵੀ ਖਤਮ ਕਰਕੇ ਇਹਨਾਂ ਨੂੰ ਇੱਥੋਂ ਵੀ ਭਜਾਉਣਾ।